watching my channel Shabnam Rao. Today I am with the students who are going to celebrate their first Diwali in Canada. So what's their reactions and what are their plans for this Diwali? So let's watch. Hi, what's your name? Vishali Tyagi. Oh, so Vishali, where are you from? Gujarat. Okay, Gujarat. So first Diwali away from home, how do you feel? Well, it's really difficult because the festival has started. Like, first is Dhanteras, it's just passed. Yeah. So it's been an emotional time because I'm missing my family. This first Diwali, and like we used to get together and do celebration and everything. And Diwali is going to come, and I have classes till 10 p.m. So it's like, what am I doing on Diwali? It's kind of emotional timing for me also. So Vishali, do you miss your family? Yes, I'm really missing my family, especially my mom, because she used to make sweets and everything. So I am missing my family. So you're missing your family with sweets and dishes? Yeah, every celebration, it's a like emotional attachment between the members, and that's what I'm missing. So what's your plan on this Diwali? To attend class till 10 p.m. and then go to sleep. That's all I am. So here's a boy with turban, so let's come. Hello. Hi. What's your name? My name is Gagan. Okay. Gagan, I feel like this is the first Diwali. ਦੇਖਦੇ ਹਾਂ ਹੁਣ ਕੀ ਦੀਵਾਲੀ 'ਤੇ ਹੁੰਦਾ ਜਾਂ ਕਿੱਦਾਂ ਸੈਲੀਬ੍ਰੇਟ ਹੁੰਦੀ ਆ, ਪੁਰਾਣੇ ਨੇ ਜਿਹੜੇ ਉਹ ਦੱਸਣਗੇ ਵੀ ਉਹ ਕਿੱਦਾਂ ਸੈਲੀਬ੍ਰੇਟ ਕਰਦੇ ਆ ਜਾਂ ਸੁਗਨ ਕਿਵੇਂ ਫਿਰ ਯਾਦ ਆਉਣਗੇ ਮਾਂ ਦੇ ਹੱਥ ਦੇ ਪਕੌੜੇ ਅਤੇ ਦੋਸਤਾਂ ਨਾਲ ਬਣਾਏ ਪਟਾਕੇ? ਹਾਂਜੀ ਹਾਂਜੀ, ਬਹੁਤ ਯਾਦ ਆਉਂਦੇ ਆ ਜੀ, ਮਾਂ ਦੇ ਹੱਥ ਦੇ ਬਣਾਏ ਹੋਏ ਪਕੌੜੇ ਰੋਟੀਆਂ ਸਭ ਕੁਛ ਯਾਦ ਆਉਂਦਾ ਹੈ, ਅਤੇ ਨਾਲ ਦੋਸਤਾਂ ਨਾਲ ਬਿਤਾਏ ਹੋਏ ਪਲ ਸਾਰਾ ਕੁਛ ਯਾਦ ਆਉਂਦਾ ਹੈ ਜੀ, ਜਿਵੇਂ ਕਿ ਦੀਵਾਲੀ ਤੋਂ ਪਹਿਲਾਂ ਪੰਚਾ ਹੁੰਦਾ, 10-10 ਦਿਨ ਪਹਿਲਾਂ ਲੋਕ ਖੁਸ਼ੀਆਂ ਮਨਾਉਣ ਲੱਗ ਜਾਂਦੇ ਆ, ਆਪਦੇ ਦੋਸਤਾਂ ਕੋਲ ਰਿਸ਼ਤੇਦਾਰਾਂ ਦੇ ਕੋਲ ਜਾਂਦੇ ਆ, ਅਤੇ ਉਹ ਚੀਜ਼ਾਂ ਮਿਸ ਕਰਦੇ ਹਾਂ, ਉਹ ਬਹੁਤ ਮਿਸ ਹੁੰਦੀਆਂ ਨੇ ਵੀ ਇੱਦਾਂ ਸਰ ਪੂਰੇ ਨਾਲ ਹੈਗੇ ਨੇ ਦੋਸਤ। ਦੇਖੋ ਹੁਣ ਕਿੱਦਾਂ ਦੱਸਦੇ ਆ ਕਿਵੇਂ ਮਨਾਉਂਦੇ ਆ ਦੀਵਾਲੀ, ਦੀਵਾਲੀ ਹੈਗਾ ਕੁਛ ਟਾਈਮ ਦੇਖੋ। ਇਸ ਵੀਡੀਓ ਦੇ ਥਰੂ ਆਪਣੇ ਘਰਦਿਆਂ ਨੂੰ ਵੀ ਆਪਣੀ ਮਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ? ਮੈਂ ਸਾਰਿਆਂ ਨੂੰ ਦੇਣਾ ਚਾਹੁੰਦਾ ਜੀ, ਹੈਪੀ ਦੀਵਾਲੀ, ਸੇਫ ਦੀਵਾਲੀ, ਪਟਾਕੇ ਘੱਟ ਚਲਾਓ ਅਤੇ ਵਧੀਆ ਆਪਦੇ ਘਰਦਿਆਂ ਨਾਲ ਬਹਿ ਕੇ ਮਨਾਓ। ਅਸੀਂ ਘਰਦਿਆਂ ਤੋਂ ਦੂਰ ਆ, ਜਿਹੜੇ ਨੇੜੇ ਆ ਉਹ ਵਧੀਆ ਮਨਾਓ, ਉਹਨਾਂ ਦਾ ਇੱਜ਼ਤ ਮਾਣ ਕਰੋ ਅਤੇ ਦੋਸਤਾਂ ਨੂੰ ਪਾਸ ਰੱਖੋ। ਸਾਰੇ ਬਟ ਫਿਰ ਵੀ ਫਰੈਂਡਸ ਕਹਿੰਦੇ ਨੇ ਕਿ ਆਪਾਂ ਮਨਾਵਾਂਗੇ, ਹਨਾ, ਸਾਰੇ ਇਕੱਠੇ ਹੋ ਗਏ ਕਿਉਂਕਿ ਇੱਥੇ ਇੱਕ ਫੈਮਿਲੀ ਬਣ ਗਈ ਉਸ ਤਰ੍ਹਾਂ। ਸੋ ਇਹ ਵੀ ਸਸਪੈਂਸ ਆ ਮੇਰੇ ਵਾਸਤੇ ਕਿ ਕੀ ਕਰਦੇ ਨੇ ਉਹ, ਕਹਿੰਦੇ ਉਹ ਮਿਠਾਈਆਂ ਲੈ ਕੇ ਆਵਾਂਗੇ, ਹਨਾ, ਸੋ ਦੇਖੋ ਕੀ ਬਣਦਾ ਹੈ। ਮਤਲਬ ਘਰ ਤੋਂ ਦੂਰ ਹੋਣ ਦਾ ਥੋੜਾ ਜਿਹਾ ਇੱਕ ਮਨ 'ਚ ਖਲਸ਼ ਵੀ ਆ, ਬਟ ਖੁਸ਼ ਵੀ ਹੋ ਕਿ ਇੱਥੇ ਨਵੇਂ ਪਰਿਵਾਰ ਦੇ ਨਾਲ ਦੀਵਾਲੀ ਮਨਾਉਣ ਜਾ ਰਹੇ ਹਾਂ। ਬਟ ਮੈਨੂੰ ਕਦੀ ਇੰਨਾ ਫੀਲ ਨਹੀਂ ਹੋਇਆ ਕਿਉਂਕਿ ਫਰੈਂਡਸ ਇੰਨੇ ਵਧੀਆ ਮਿਲੇ ਆ ਜੀ, ਸੋ ਉਹਨਾਂ ਕਰਕੇ ਨਹੀਂ ਕਦੀ ਹੋਇਆ, ਬਟ ਹੁੰਦਾ ਤਾਂ ਹੈ ਹੀ ਆ, ਮਾਂ ਪਿਓ ਤਾਂ ਮਾਂ ਪਿਓ ਹੁੰਦੇ ਨੇ। ਬਿਲਕੁਲ। ਅਤੇ ਸਾਡੀ ਵੀਡੀਓ ਦੇ ਥਰੂ ਆਪਣੇ ਮਾਂ ਪਿਓ ਨੂੰ, ਮਾਂ ਅਤੇ ਆਪਣੇ ਘਰਦਿਆਂ ਨੂੰ ਕੋਈ ਦੀਵਾਲੀ ਦੀਆਂ ਵਿਸ਼ੇਜ਼ ਦੇਣਾ ਚਾਹੋਗੇ? ਹਾਂਜੀ, ਉਹਨਾਂ ਨੂੰ ਗੁੱਡ ਵਿਸ਼ੇਜ਼ ਆ ਇਹਨਾਂ ਦੀਆਂ, ਅਤੇ ਉਹਨਾਂ ਨੂੰ ਇਹ ਕਹਾਂਗਾ ਕਿ ਮੈਨੂੰ ਮਿਸ ਕਰਿਓ ਪਰ ਇੰਨਾ ਦਿਲ 'ਚ ਨਾ ਲਿਆਓ, ਤੁਸੀਂ ਵਧੀਆ ਇੰਜੋਏ ਕਰੋ, ਮੈਂ ਵੀ ਇੰਜੋਏ ਕਰੂੰਗਾ, ਜੇ ਤੁਸੀਂ ਮਿਸ ਕਰੋਗੇ ਮਤਲਬ ਕਿ ਜ਼ਿਆਦਾ ਫੀਲ ਕਰੋਗੇ, ਫਿਰ ਮੈਨੂੰ ਵੀ ਹੋਏਗਾ ਕਿਤੇ ਨਾ ਕਿਤੇ, ਸੋ ਵਧੀਆ ਤੁਸੀਂ ਮਨਾਇਓ। ਇੱਕ ਵਾਰ ਪੂਰੇ ਸਮਾਈਲਿੰਗ ਦੇ ਫੇਸ ਦੇ ਨਾਲ ਆਪਣੇ ਪਰਿਵਾਰ ਨੂੰ ਹੈਪੀ ਦੀਵਾਲੀ ਕਰਦੇ। ਹੈਪੀ ਦੀਵਾਲੀ ਸਾਰਿਆਂ ਨੂੰ ਕਰਦੇ ਆ। ਸਰਮਨ, ਕੈਨੇਡਾ ਵਿੱਚ ਪਹਿਲੀ ਦੀਵਾਲੀ, ਹਾਂਜੀ, ਤੇ ਪਰਿਵਾਰ ਤੋਂ ਦੂਰ ਹੋ ਕੇ ਕਿਹੜੀਆਂ ਕਿਹੜੀਆਂ ਚੀਜ਼ਾਂ ਮਿਸ ਕਰੋਗੇ ਫਟਾਫਟ ਦੱਸ? ਕੈਨੇਡਾ ਵਿੱਚ ਪਹਿਲੀ ਦੀਵਾਲੀ ਹੈ, ਫੈਮਿਲੀ ਤੋਂ ਸਾਰੇ ਦੂਰ ਹਾਂ, ਮਿਸ ਕਰ ਰਹੇ ਹਾਂ ਸਾਰਿਆਂ ਨੂੰ, ਕਿਸੇ ਨਾ ਕਿਸੇ ਮੋਮ ਡੈਡ ਐਂਡ ਮਾਈ ਬ੍ਰਦਰ, ਮੰਮੀ ਦੇ ਹੱਥ ਦੇ ਫੁਲਕੇ ਗਰਮਾ ਗਰਮ ਪਕੌੜੇ, ਅਤੇ ਡੈਡੀ ਦੀਆਂ ਚਿਸ਼ਤਾਂ ਅਤੇ ਭਰਾ ਦਾ ਪਿਆਰ, ਸਾਰੇ ਮਿਸ ਕਰ ਰਹੇ ਨੇ। ਬਟ ਇੱਥੇ ਵੀ ਸਹੀ ਹੈ ਕਿਉਂਕਿ ਇੱਥੇ ਸਾਰੇ ਫਰੈਂਡਸ ਨੇ, ਨਿਊ ਐਕਸਾਈਟਡ ਹਾਂ, ਪਹਿਲੀ ਵਾਰ ਦੇਖਾਂਗੇ, ਬਾਹਰ ਜਾਵਾਂਗੇ, ਘੁੰਮਾਂਗੇ, ਫਿਰਾਂਗੇ, ਅਤੇ ਨਵੇਂ ਨਵੇਂ ਦੇਖਾਂਗੇ ਇੱਥੋਂ ਦੇ ਰੀਤੀ ਰਿਵਾਜ਼, ਇੱਥੇ ਲੋਕ ਕਿੱਦਾਂ ਸੈਲੀਬ੍ਰੇਟ ਕਰਦੇ ਆ ਅਤੇ ਇੰਡੀਆ 'ਚ ਕਿਵੇਂ ਕਰਦੇ ਸੀ। ਮਤਲਬ ਕਾਫੀ ਕਰੇਜ਼ੀ ਹੋ ਕੈਨੇਡਾ ਵਿੱਚ ਪਹਿਲੀ ਦੀਵਾਲੀ ਨੂੰ ਲੈ ਕੇ? ਕਰੇਜ਼ੀ ਵੀ ਆ ਅਤੇ ਕਿਤੇ ਨਾ ਕਿਤੇ ਹੋਈ ਮਿਸ ਵਾਲੀ ਵੀ ਫੀਲਿੰਗ ਹੈ, ਕਿਉਂਕਿ ਕਿਤੇ ਫੈਮਿਲੀ ਅਤੇ ਇੱਥੇ ਫਰੈਂਡਸ, ਉਹ ਪੁਰਾਣੇ ਫਰੈਂਡਸ ਪਿੱਛੇ ਰਹਿ ਗਏ, ਇੱਥੇ ਨਵੇਂ ਆ ਗਏ, ਫਰਕ ਪੈ ਗਿਆ ਥੋੜ੍ਹਾ ਜਿਹਾ, ਚਲੋ ਠੀਕ ਆ, ਫਿਰ ਲਾਈਫ ਮੂਵ ਔਨ ਹੋਣਾ ਚਾਹੀਦਾ। ਅਤੇ ਆਪਣੇ ਪਰਿਵਾਰ ਨੂੰ ਮਿਸ ਤਾਂ ਕਰ ਰਹੇ ਹੋ, ਅਤੇ ਸਾਡੇ ਚੈਨਲ ਦੇ ਥਰੂ ਤੁਸੀਂ ਆਪਣੇ ਪਰਿਵਾਰ ਨੂੰ ਹੈਪੀ ਦੀਵਾਲੀ ਦੀ ਵਿਸ਼ ਵੀ ਕਰ ਸਕਦੇ ਹੋ।
ਜੀ ਸਾਰਿਆਂ ਨੂੰ ਕਰਾਂਗੇ ਪਰਿਵਾਰ ਨੂੰ ਵੀ ਕਿਉਂ ਸਾਰਿਆਂ ਨੂੰ ਦੀਵਾਲੀ ਨਾਲ ਲੱਖ ਵਧਾਈਆਂ ਸਾਰੇ ਵਧੀਆ ਮਨਾਓ ਹੱਸੋ ਖੇਡੋ ਪਰਿਵਾਰ ਨਾਲ ਰਹੋ ਮਿਸ ਯੂ ਅ ਲੋਟ ਮੇਰੀ ਫੈਮਿਲੀ ਪਹਿਲੀ ਦੀਵਾਲੀ ਕੈਨੇਡਾ ਵਿੱਚ ਕਰਦਿਆਂ ਤੋਂ ਦੂਰ ਕਿਵੇਂ ਫੀਲ ਹੋ ਰਿਹਾ ਦੀਵਾਲੀ ਵੈਸੇ ਮੈਂ ਇੰਡੀਆ 'ਚ ਬਹੁਤ ਵਧੀਆ ਤਰੀਕੇ ਮਨਾਉਂਦੇ ਪਟਾਕੇ ਪਟੂਕੇ ਚਲਾ ਕੇ ਜੀ ਇੱਥੇ ਤਾਂ ਚਲਾਏ ਨਹੀਂ ਜਾਣੇ ਹੁਣ ਮੈਂ ਅਸੀਂ ਘਰ ਤੋਂ ਬਿਨਾਂ ਘਰੇ ਬਹਿ ਕੇ ਹਾਂ ਕਿੱਥੇ ਯਾਰਾਂ ਦੋਸਤਾਂ ਚੱਲ ਜਾਂਗੇ ਫੈਮਿਲੀ ਨੂੰ ਕਿੰਨਾ ਕੁ ਮਿਸ ਕਰਦੇ ਹੋ ਫੈਮਿਲੀ ਨੂੰ ਬਹੁਤ ਮਿਸ ਕਰਿਆ ਸਾਡਾ ਪਹਿਲਾ ਦੀਵਾਲੀ ਹੈ ਜੀ ਫੈਮਿਲੀ ਤੋਂ ਬਿਨਾਂ ਨਹੀਂ ਹੈ ਪਰ ਫਰੈਂਡਸ ਹੈਗੇ ਤਾਂ ਇੰਨਾ ਫੀਲ ਨਹੀਂ ਹੁੰਦਾ ਨਾ ਫੈਮਿਲੀ ਦਾ ਤਿੰਨਾਂ ਜਣਿਆਂ 'ਚੋਂ ਜਿਹੜਾ ਫੈਮਿਲੀ ਨੂੰ ਸਭ ਤੋਂ ਵੱਧ ਮਿਸ ਕਰ ਰਿਹਾ ਫਟਾਫਟ ਹੱਥ ਖੜੇ ਕਰ ਦਿਓ ਸਾਰੇ ਕਰਦੇ ਨੇ ਮੈਂ ਉਹੀ ਹੱਥ ਨਹੀਂ ਖੜਾ ਕੀਤਾ ਕਰਦੇ ਸਾਰੇ ਨੇ ਠੀਕ ਹੈ ਪਹਿਲਾਂ ਪਹਿਲਾਂ ਕੀਤਾ ਸੀ ਹੁਣ ਤਾਂ ਚਲੋ This is the first time I am away from my family on this festival and obviously everyone feels homesick and even I am feeling but obviously our parents have a lot of hopes from us so I hope that next Diwali or maybe other festivals I'll celebrate with them maybe they are here or I'll be there so that I can enjoy it. Gitanjali, I can see your eyes are filled with tears. So what's that? It's emotions? Obviously that I am missing my family on this special occasion. But I don't want to cry so that they feel that I am sad because with my happiness they are living there happy. So I have to stay calm and happy for them. Oh dear, don't be so... cry. No, be happy and wish your family a happy Diwali. Happy Diwali, Mom and Dad. I miss you on this special occasion. Tanjali, what's your plan on this Diwali? Currently, I don't have any plan, but let's see if we can do something great with my friends. So, I just hope for that. Prediction first Diwali in Canada? Yes, it is. So, how do you feel? I'm feeling so excited because like Canada, right, you know, there are like diversity. We have like different, we have like lots of Indian hair and maybe our community will celebrate Diwali too. So I'm excited about it. I don't know like how they'll celebrate Diwali because in India we have like, you know, we have experience in India Diwali. So let's see how it goes with you guys. Missing the lifespan in India or not? Of course, I do. So, any wishes you want to give to your parents, friends, family? Yeah, stay healthy and stay like, save, play Save Diwali because, you know, we have to, we don't pollute our country. Yeah. So say, Happy Diwali! Happy Diwali! So this is what they feel being far from their family and celebrating Diwali. I am too feeling very much emotional. Happy Diwali to my family, have a safe Diwali. Thank you. And don't forget to subscribe my YouTube channel, The Shabnam Rao.